ਇਸੇ ਥੜੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਤਖਤ ਲੱਗਦਾ ਸੀ ਜਿਸ ਦੇ ਉੱਤੇ ਉਹ ਬੈਠਦੇ ਸਨ। ਤਾਂ ਜਦੋਂ ਕਿਤੇ ਆਏ ਨਾ ਹੋਈਏ ਨਾ ਕਈ ਵਾਰ ਪਹਿਲਾਂ ਲੱਭਣਾ ਬਹੁਤ ਔਖਾ ਹੁੰਦਾ ਉਹ ਥਾਂ ਨੂੰ, ਬਾਰਾਂਦਰੀ ਪੁੱਛਣਾ ਪੈਂਦਾ ਬਾਰ ਬਾਰ, ਬਾਰਾਂਦਰੀ ਜਾਣਾ ਅਸੀਂ। ਆ ਕਲੋਨੀ ਵੱਸ ਗਈ ਇੱਥੇ ਲੱਗੇ, ਬਹੁਤੇ ਪੁਰਾਣੇ ਘਰ ਲੱਗਦੇ ਨਹੀਂ ਆ, ਪਰ ਇਹੀ ਰਾਹ ਜਾਂਦਾ ਬਾਰਾਂਦਰੀ ਨੂੰ। ਸੋ ਇਹ ਆ ਜੀ ਬਾਗ, ਅੰਬਾਂ ਦੇ ਬਾਗ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਪਸੰਦ ਸੀਗੇ, ਆਹ ਜੇ ਬਾਰਾਂਦਰੀ। ਸੋ ਫਾਈਨਲੀ ਵੀ ਆਰ ਹੇਅਰ, ਜਿੱਥੇ ਅਸੀਂ ਹੁਣ ਖੜ੍ਹੇ ਹਾਂ ਆਲੇ ਦੁਆਲੇ ਅੰਬਾਂ ਦਾ ਬਾਗ ਹੈ। ਅਤੇ ਅੰਬਾਂ ਦੇ ਬਾਗ ਤੋਂ ਭੁਲੇਖਾ ਪਏਗਾ ਕਿ ਆਪਾਂ ਕਿਸੇ ਖੇਤਾਂ ਦੇ ਵਿੱਚ ਖੜ੍ਹੇ ਹਾਂ, ਨਹੀਂ ਜੀ ਅਸੀਂ ਬਿਲਕੁਲ ਦੀਨਾਨਗਰ ਸ਼ਹਿਰ ਦੇ ਸੈਂਟਰਲ ਪੁਆਇੰਟ ਦੇ ਨਾਲ ਖੜ੍ਹੇ ਹਾਂ। ਬੱਸ ਅੱਡਾ ਕੋਈ ਇੱਥੋਂ ਜ਼ਿਆਦਾ ਦੂਰ ਨਹੀਂ ਹੈ, ਨਗਰ ਕੌਂਸਲ ਦਾ ਦਫ਼ਤਰ ਇੱਥੋਂ ਦੂਰ ਨਹੀਂ ਹੈ। ਇਹ ਹੈ ਜੀ ਬਾਰਾਂਦਰੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠ ਕੇ ਆਪਣਾ ਦਰਬਾਰ ਲਾਉਂਦੇ ਹੁੰਦੇ ਸੀ। ਇਤਿਹਾਸ ਦੀ ਥੋੜ੍ਹੀ ਖੁੱਲ੍ਹ ਕੇ ਸਾਂਝ ਪਾਉਂਦੇ ਹਾਂ। ਇਹ ਦੀਨਾਨਗਰ ਜਿਹੜਾ ਸੰਗਤ ਜੀ, ਇਸ ਨੂੰ ਅਦੀਨਾ ਬੇਗ ਨੇ 1730 ਦੇ ਵਿੱਚ ਵਸਾਇਆ ਸੀ। ਅਦੀਨਾ ਬੇਗ ਤੋਂ ਹੀ ਇਹਨੂੰ ਅਦੀਨਾਨਗਰ ਵੀ ਕਹਿੰਦੇ ਰਹੇ ਹਨ। ਹੌਲੀ ਹੌਲੀ ਛੋਟਾ ਨਾਂ ਹੋ ਕੇ ਦੀਨਾਨਗਰ ਹੋ ਗਿਆ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਕੋਈ ਸ਼ਹਿਰ ਵੱਸਦਾ ਸੀ ਤਾਂ ਉਹਦੇ ਦੁਆਲੇ ਚਾਰ ਦੀਵਾਰੀ ਕੀਤੀ ਜਾਂਦੀ ਸੀ, ਇਹ ਦੀਨਾਨਗਰ ਦੀ ਵੀ ਇੱਕ ਚਾਰ ਦੀਵਾਰੀ ਸੀ। ਇਹਦੇ ਗੇਟ ਹਨ, ਬਕਾਇਦਾ 6 ਗੇਟ ਹਨ, ਜਿਨ੍ਹਾਂ ਵਿੱਚੋਂ ਕੁਛ ਅੱਜ ਵੀ ਖਸਤਾ ਹਾਲਤ ਵਿੱਚ ਮਿਲ ਜਾਂਦੇ ਹਨ। ਅਤੇ ਜਿੱਥੇ ਅਸੀਂ ਖੜ੍ਹੇ ਹਾਂ, ਜਿਸ ਬਾਰਾਂਦਰੀ ਦੀ ਅਸੀਂ ਗੱਲ ਕਰਨ ਆਏ ਹਾਂ, ਇਸ ਦੀ ਸ਼ਾਨੋ ਸ਼ੌਕਤ ਕਿਸੇ ਟਾਈਮ ਦੇ ਉੱਤੇ ਤੁਹਾਡੀ ਅਤੇ ਮੇਰੀ ਸੋਚ ਤੋਂ ਬਾਹਰ ਹੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀਗਾ ਉਹ ਲਾਹੌਰ ਤੋਂ ਚੱਲਦਾ ਸੀ, ਬਹੁਤ ਸਮਾਂ ਉਹ ਅੰਮ੍ਰਿਤਸਰ ਵਿੱਚ ਬਤੀਤ ਕਰਦੇ ਸਨ, ਪਰ ਗਰਮੀਆਂ ਦੀ ਰਾਜਧਾਨੀ ਦੀਨਾਨਗਰ ਨੂੰ ਮੰਨਿਆ ਜਾਂਦਾ ਹੈ। ਆਪਣੇ ਇੱਕ ਜਰਨੈਲ ਸਰਦਾਰ ਲਹਿਣਾ ਸਿੰਘ ਮਜੀਠੀਆ, ਉਹਨਾਂ ਨੂੰ ਭੇਜ ਕੇ ਇਹ ਬਾਰਾਂਦਰੀ ਦੀ ਉਸਾਰੀ ਕਰਾਈ ਗਈ। ਮਹਾਰਾਜਾ ਰਣਜੀਤ ਸਿੰਘ ਉਸ ਟਾਈਮ 'ਤੇ ਜਦੋਂ ਸ਼ੇਰੇ ਪੰਜਾਬ ਦਾ ਰਾਜ ਜਿਹੜਾ ਸੀ ਸਿਖਰਾਂ 'ਤੇ ਸੀ, ਉਸ ਵੇਲੇ ਇਹ ਮਹੱਲ ਉਸਾਰਿਆ ਗਿਆ। ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਗਰਮੀਆਂ ਦੀ ਇਹ ਰਾਜਧਾਨੀ ਹੈ। ਇਹ ਦੀਨਾਨਗਰ ਅੰਬਾਂ ਦਾ ਸ਼ਹਿਰ ਕਰਕੇ ਵੀ ਕਿਸੇ ਟਾਈਮ 'ਤੇ ਜਾਣਿਆ ਜਾਂਦਾ ਹੁੰਦਾ ਸੀ। ਹੁਣ ਮਹਾਰਾਜਾ ਸਾਹਿਬ ਜੀ ਦਾ ਇੱਕ ਇੱਥੇ ਆਉਣ ਦਾ ਕਾਰਨ ਹੋਰ ਬਹੁਤ ਵੱਡਾ ਸੀ, ਇੱਥੋਂ ਤੱਕ ਉਹਨਾਂ ਦਾ ਆਪਣਾ ਰਾਜ ਸੀ। ਉਹ ਮਹਾਰਾਜਾ ਜੀ ਦਾ ਰਾਜ ਕਿੱਦਾਂ ਹੁੰਦਾ ਹੈ, ਇੱਕ ਤਾਂ ਉਹਨਾਂ ਦੇ ਡਾਇਰੈਕਟ ਕੰਟਰੋਲ ਦੇ ਵਿੱਚ ਏਰੀਆ ਹੁੰਦਾ ਹੈ, ਇੱਕ ਉਹ ਏਰੀਏ ਹੁੰਦੇ ਹਨ ਜਿੱਥੇ ਛੋਟੇ ਰਾਜੇ ਹੁੰਦੇ ਹਨ। ਰਾਜ ਤਾਂ ਛੋਟੇ ਰਾਜੇ ਕਰਦੇ ਹਨ, ਪਰ ਉਹ ਖਿਰਾਜ ਟੈਕਸ ਜਿਹੜਾ ਹੈ ਵੱਡੇ ਰਾਜੇ ਮਹਾਰਾਜਾ ਰਣਜੀਤ ਸਿੰਘ ਨੂੰ ਭਰਦੇ ਹੁੰਦੇ ਸਨ। ਦੀਨਾਨਗਰ ਦੇ ਇਸ ਮਹੱਲ ਤੋਂ ਅੱਗੇ ਪਹਾੜੀ ਰਿਆਸਤਾਂ ਸ਼ੁਰੂ ਹੋ ਜਾਂਦੀਆਂ ਹਨ, ਚਾਹੇ ਬਸੋਹਲੀ ਦੀ ਗੱਲ ਕਰ ਲਓ, ਉਸ ਤੋਂ ਅੱਗੇ ਨੂਰਪੁਰ, ਚੰਬਾ, ਅੱਗੇ ਨਦੌਣ, ਕਾਂਗੜਾ, ਗੁਲੇਰ, ਸੁਜਾਨਪੁਰ ਤੀਰਾ ਦਾ ਮਹੱਲ, ਅੱਗੇ ਮੰਡੀ, ਸੁਕੇਤ, ਕੁੱਲੂ, ਇਹ ਸਾਰੀਆਂ ਜਿਹੜੀਆਂ ਇੱਧਰ ਦੀਆਂ ਰਿਆਸਤਾਂ, ਕਹਿਲੂਰ, ਇਹ ਸਾਰੀਆਂ ਮਹਾਰਾਜਾ ਰਣਜੀਤ ਸਿੰਘ ਦੇ ਇਨਡਾਇਰੈਕਟ ਕੰਟਰੋਲ ਦੇ ਵਿੱਚ ਸਨ। ਸੋ ਇੱਕ ਛੋਟੇ ਰਾਜੇ ਸਨ ਜਿਹੜੇ ਉੱਥੇ ਰਾਜ ਕਰਦੇ ਸਨ, ਪਰ ਉਹ ਆਪਣੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਦਾ ਵੱਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਮੰਨਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਹੀ ਹੁਕਮ ਉਹਨਾਂ ਸਾਰੇ ਥਾਵਾਂ 'ਤੇ ਚੱਲਦਾ ਸੀ। ਉਹਨਾਂ ਨੇ ਹਰ ਸਾਲ ਖਰਾਜ ਦੇਣਾ ਹੁੰਦਾ ਸੀ। ਹੁਣ ਕੁਛ ਜਿਹੜੀਆਂ ਰਿਆਸਤਾਂ ਹੁੰਦੀਆਂ ਹਨ ਉਹ ਆਪਣਾ ਟੈਕਸ ਖੁਸ਼ੀ ਖੁਸ਼ੀ ਭਰ ਦਿੰਦੀਆਂ ਹਨ, ਪਰ ਕੁਛ ਰਿਆਸਤਾਂ ਹਰ ਸਾਲ ਹੀ ਡਿਲੇ ਕਰਦੀਆਂ ਸਨ ਜਾਂ ਆਨਾਕਾਨੀ ਵੀ ਕਰਦੇ ਹਨ। ਜਦੋਂ ਕੋਈ ਰਿਆਸਤ ਆਨਾਕਾਨੀ ਕਰੇ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਕੋਈ ਨਾ ਕੋਈ ਜਰਨੈਲ ਭੇਜਣਾ ਪੈਂਦਾ ਸੀ ਜਾਂ ਫੌਜ ਉਹਨਾਂ ਦੇ ਉੱਤੇ ਚੜ੍ਹਾਉਣੀ ਪੈਂਦੀ ਸੀ, ਤਾਂ ਫਿਰ ਉਹਨਾਂ ਕੋਲੋਂ ਖਰਾਜ ਲਿਆ ਜਾਂਦਾ ਸੀ। ਇਸ ਕਰਕੇ ਵੀ ਇਸ ਦਾ ਮਹੱਤਵ ਬਹੁਤ ਸੀ ਕਿ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਪਣਾ ਇਲਾਕਾ ਸੀ। ਜਦੋਂ ਇੱਥੇ ਆਣ ਕੇ ਬੈਠ ਜਾਂਦੇ ਸਨ ਤਾਂ ਅੱਗੇ ਪਹਾੜੀ ਰਿਆਸਤਾਂ ਨੂੰ ਕੰਨ ਹੋ ਜਾਂਦੇ ਸਨ। ਉਹ ਆਪ ਰਾਜੇ ਜਾਂ ਉਹਨਾਂ ਦੇ ਵਜ਼ੀਰ ਇੱਥੇ ਆਣ ਕੇ ਖਰਾਜ ਭੇਟਾ ਕਰਦੇ ਹੁੰਦੇ ਸਨ, ਅਤੇ ਜਿਨ੍ਹਾਂ ਵੱਲੋਂ ਆਨਾਕਾਨੀ ਕੀਤੀ ਜਾਂਦੀ ਸੀ ਉਹ ਫੌਜਾਂ ਵੀ ਫਿਰ ਇੱਥੋਂ ਹੀ ਤੋਰੀਆਂ ਜਾਂਦੀਆਂ ਸਨ। ਇੱਧਰ ਹੋਰ ਵੀ ਰਿਆਸਤਾਂ ਹਨ, ਸੀਬਾ, ਦਾਤਾਰਪੁਰ, ਜਿਹੜੀਆਂ ਤਲਵਾੜੇ, ਹਾਜੀਪੁਰ, ਮਕੇਰੀਆਂ ਦੇ ਕੋਲ ਪੈਂਦੀਆਂ ਹਨ। ਬਹੁਤ ਵਾਰ ਫੌਜ ਜਾਂ ਇੱਧਰੋਂ ਦੀ ਜਾਂ ਫਿਰ ਨੂਰਪੁਰ ਵੱਲੋਂ ਦੀ, ਕਾਂਗੜਾ, ਜਵਾਲਾ ਜੀ, ਨਦੌਣ, ਇਹਨਾਂ ਇਲਾਕਿਆਂ ਦੇ ਵਿੱਚ ਜਾਂਦੀਆਂ ਹੁੰਦੀਆਂ ਸਨ।
ਇਹ ਵੀ ਇੱਕ ਬਹੁਤ ਵੱਡਾ ਮਹੱਤਵਪੂਰਨ ਪੱਖ ਹੈ। ਇਹ ਪਿੱਛੇ ਜਿੱਥੇ ਅਸੀਂ ਬਾਰਾਂਦਰੀ ਦੇਖ ਰਹੇ ਹਾਂ, ਇਹ ਬਾਰਾਂਦਰੀ ਉਸ ਵੇਲੇ ਬਹੁਤ ਜ਼ਿਆਦਾ ਵੱਸਦੀ ਸੀ। ਬਾਹਰ ਇੱਕ ਥੜਾ ਹੈ, ਇਸੇ ਥੜੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ ਲੱਗਦਾ ਸੀ ਜਿਸ ਦੇ ਉੱਤੇ ਉਹ ਬੈਠਦੇ ਸਨ, ਤਾਂ ਆਲੇ ਦੁਆਲੇ ਉਹਨਾਂ ਦੇ ਦਰਬਾਰੀ ਖਲੋਂਦੇ ਹੁੰਦੇ ਸਨ। ਜਿਸ ਥਾਂ 'ਤੇ ਅਸੀਂ ਖੜ੍ਹੇ ਹਾਂ ਇਸ ਵੇਲੇ, ਇੱਥੇ ਵੀ ਉਸ ਵੇਲੇ ਆਣ ਕੇ ਉਹਨਾਂ ਨੂੰ ਮਿਲਣ ਵਾਲੇ ਲੋਕ, ਉਹਨਾਂ ਦੇ ਦਰਬਾਰੀ ਸਾਹਮਣੇ ਬੈਠੇ ਹੁੰਦੇ ਸਨ। ਤਾਂ ਉਹ ਉੱਪਰ ਥੜਾ ਹੈ ਇੱਟਾਂ ਦੇ ਕੋਲ ਪਿਆ ਹੋਇਆ, ਜਿਸ ਦੇ ਉੱਤੇ ਮਹਾਰਾਜਾ ਸਾਹਿਬ ਜੀ ਆਪ ਬੈਠਦੇ ਹੁੰਦੇ ਸਨ, ਫੈਸਲੇ ਕਰਦੇ ਹੁੰਦੇ ਸਨ। ਜਿੱਦਾਂ ਦਾ ਲਾਹੌਰ ਦੇ ਵਿੱਚ ਦਰਬਾਰ ਲੱਗਦਾ ਸੀ, ਉੱਦਾਂ ਦੀ ਹੀ ਸ਼ਾਨੋ ਸ਼ੌਕਤ ਇਸ ਦਰਬਾਰ ਦੀ ਸੀ। ਜੇ ਗੱਲ ਕਰੀਏ 1938 ਦੇ ਵਿੱਚ ਗੋਰਿਆਂ ਦਾ ਇੱਕ ਵਫਦ ਜਦੋਂ ਮਹਾਰਾਜਾ ਸਾਹਿਬ ਨੂੰ ਮਿਲਣ ਇੱਥੇ ਆਇਆ, ਤਾਂ ਉਹਨਾਂ ਦੇ ਵਿੱਚ ਇੱਕ WG ਓਸਬੋਰਨ ਸੀਗਾ, ਜਿਸ ਨੇ ਇੱਥੋਂ ਦਾ ਅੱਖੀ ਡਿੱਠਾ ਹਾਲ ਲਿਖਿਆ ਹੈ। ਉਹ ਕਹਿੰਦਾ ਹੈ, ਜਿਸ ਵਿਸ਼ਾਲ ਦਰਬਾਰ ਵਿੱਚ ਉਹ ਦੀਨਾਨਗਰ ਵਿਖੇ ਪਹੁੰਚੇ ਸਨ, ਉਸ ਦਾ ਸਾਰਾ ਫਰਸ਼ ਬਹੁਤ ਕੀਮਤੀ ਸ਼ਾਲ ਅਤੇ ਦਰੀਆਂ ਨਾਲ ਵਿਛਿਆ ਹੋਇਆ ਸੀ। ਇਸ ਹਾਲ ਦੇ ਲਗਭਗ ਤੀਜੇ ਹਿੱਸੇ ਵਿੱਚ ਇੱਕ ਹੋਰ ਚੰਦੋਆ ਤਾਣਿਆ ਹੋਇਆ ਸੀ, ਜਿਸ ਵਿੱਚ ਬਹੁਤ ਹੀ ਚਮਕੀਲਾ ਅਤੇ ਰੰਗਦਾਰ ਪਸ਼ਮੀਨਾ ਲੱਗਾ ਹੋਇਆ ਸੀ। ਸੋ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਕਿ ਉਸ ਟਾਈਮ ਦੇ ਉੱਤੇ ਜਿਹੜੀਆਂ ਛੱਤਾਂ ਕਿੰਨੀਆਂ ਸੋਹਣੀਆਂ ਸੀ, ਅੱਜ ਵੀ ਜਿਹੜੀ ਉਹਦੇ ਕੰਧਾਂ ਦੇ ਉੱਤੇ ਪੇਂਟਿੰਗ ਹੋਈ ਹੈ, ਭਾਵੇਂ ਖਰਾਬ ਹੋ ਗਈ ਹੈ, ਦਿਖਾਈ ਦਿੰਦੀ ਹੈ। ਤਾਂ ਉਸ ਵੇਲੇ ਦਾ ਵੇਖੋ ਹਾਲ ਕਿੰਨਾ ਵਧੀਆ ਸੀ। ਅੱਜ ਛੱਤਾਂ ਡਿੱਗ ਚੁੱਕੀਆਂ ਹਨ, ਜਾਂ ਕਹਿ ਲਈਏ ਡਿੱਗ ਦਿੱਤੀਆਂ ਗਈਆਂ ਹਨ ਲਾਲਚਾਂ ਨੇ। ਤਾਂ ਅੱਜ ਤਾਂ ਇਹ ਨਸ਼ਾ ਕਰਨ ਵਾਲਿਆਂ ਦਾ ਥਾਂ ਬਣਿਆ ਹੋਇਆ ਹੈ। ਇੱਥੋਂ ਤੱਕ ਪਤਾ ਲੱਗਾ ਕਿ ਇਹ ਜ਼ਮੀਨ ਸਾਰੀ ਵਿਕ ਚੁੱਕੀ ਹੈ। ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕੰਧ ਨਿਕਲੀ ਹੋਈ ਹੈ, ਆਲੇ ਦੁਆਲੇ ਇਹਦੇ ਘਰ ਬਣ ਰਹੇ ਹਨ। ਇਹ ਜਿਹੜੀ ਬਾਰਾਂਦਰੀ, ਜਿਹਦੇ ਬਾਰਾਂ ਦਰ ਹੁੰਦੇ ਸੀ, ਇਹ ਬਾਰਾਂਦਰੀ ਜਿਹੜੀ ਸਿੱਖ ਰਾਜ ਦੀ ਇਮਾਰਤ ਕਲਾ ਸੀ, ਇਹ ਬਾਰਾਂਦਰੀ ਜਿਹੜੀ ਸਿੱਖ ਰਾਜ ਦੀ ਇਮਾਰਤ ਕਲਾ ਦਾ ਇੱਕ ਖਾਸ ਨਮੂਨਾ ਸੀ। ਜਿੱਥੇ ਜਿੱਥੇ ਮਹਾਰਾਜਾ ਸਾਹਿਬ ਜਾਂਦੇ ਸੀ, ਉਹ ਬਾਰਾਂਦਰੀਆਂ ਬਣਾਉਂਦੇ ਹੁੰਦੇ ਸੀ। ਬਾਰਾਂ ਦਰ ਹੁੰਦੇ ਹਨ, ਤਿੰਨ ਇੱਧਰ, ਤਿੰਨ ਉੱਧਰ, ਤਿੰਨ ਉੱਧਰ, ਤਿੰਨ ਉੱਧਰ। ਇੱਕ ਤਾਂ ਹਵਾ ਖੁੱਲ੍ਹੀ ਚੱਲਦੀ ਹੈ, ਇੱਕ ਜਿਹੜਾ ਉਹਨਾਂ ਦੇ ਵਿੱਚ ਅਸਲੀ ਕਮਰਾ ਹੁੰਦਾ ਹੈ, ਉਸ ਨੂੰ ਠੰਡਕ ਪਹੁੰਚਦੀ ਹੈ, ਠੰਡਾ ਕਮਰਾ। ਅੱਗੇ WG ਓਸਬੋਰਨ ਲਿਖਦਾ ਹੈ, ਇਸ ਦੇ ਝਾਲਰਾਂ ਨਾਲ ਕੀਮਤੀ ਨਗ ਜੜੇ ਹੋਏ ਸਨ। ਮਹਾਰਾਜੇ ਦੇ ਬੈਠਣ ਵਾਲੀ ਸੋਨੇ ਦੀ ਕੁਰਸੀ, ਤਖ਼ਤ ਦੀ ਗੱਲ ਕਰ ਰਹੇ ਆ, ਦੇ ਪਿੱਛੇ ਜਿਹੜੀ ਖਾਲੀ ਥਾਂ ਸੀ, ਉੱਥੇ ਮਹਾਰਾਜੇ ਦੇ ਸਰਦਾਰ ਖੜ੍ਹੇ ਸਨ, ਜਾਂ ਜਿਹੜੇ ਕਾਬਲ, ਕੰਧਾਰ ਅਤੇ ਅਫਗਾਨਿਸਤਾਨ ਤੋਂ ਪਹੁੰਚੇ ਹੋਏ ਰਾਜਦੂਤ ਦਾ ਜਾਂ ਅਧਿਕਾਰੀ ਸਨ। ਸੋ ਇੱਥੇ ਹੋਰ ਦੇਸ਼ਾਂ ਦੇ ਰਾਜਦੂਤ ਅਤੇ ਅਧਿਕਾਰੀ ਆਣ ਕੇ ਕਿਸੇ ਟਾਈਮ ਦੇ ਉੱਤੇ ਖਲੋਂਦੇ ਹੁੰਦੇ ਸਨ। ਮਹਾਰਾਜਾ ਸਾਹਿਬ ਖੁਦ ਦੁੱਧ ਚਿੱਟੀ ਬਰੀਕ ਮਲਮਲ ਦੇ ਪਜਾਮਾ ਕਮੀਜ਼ ਵਿੱਚ ਸੋਨੇ ਦੀ ਗੋਲ ਕੁਰਸੀ ਉੱਪਰ ਲੱਤ ਉੱਪਰ ਲੱਤ ਰੱਖੀ ਬੈਠੇ ਸਨ। ਉਹਨਾਂ ਦੇ ਕੋਈ ਵੀ ਗਹਿਣਾ ਨਹੀਂ ਪਾਇਆ ਹੋਇਆ ਸੀ, ਸਗੋਂ ਇੱਕ ਪੱਟੀ ਬਹੁਤ ਹੀ ਕੀਮਤੀ ਨਗਾਂ ਵਾਲੀ ਉਹਨਾਂ ਦੇ ਕਮਰਕੱਸੇ ਦੇ ਤੌਰ 'ਤੇ ਲੱਕ ਉੱਤੇ ਬੰਨ੍ਹੀ ਹੋਈ ਸੀ। ਖੱਬੀ ਬਾਂਹ ਦੇ ਡੌਲੇ ਉੱਪਰ ਮਖਮਲੀ ਪੱਟੀ, ਉਹਦੇ ਉੱਤੇ ਕੋਹੇ ਨੂਰ ਹੀਰਾ ਬੰਨਿਆ ਹੁੰਦਾ ਸੀ, ਉਹ ਚਮਕਦਾ ਸੀ। ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਆਪਾਂ ਸ਼ੇਰੇ ਪੰਜਾਬ ਕਰਕੇ ਜਾਣਦੇ ਹਾਂ, ਉਹਨਾਂ ਦੇ ਦਰਬਾਰ ਦਾ ਅੱਖੀਂ ਡਿੱਠਾ ਹਾਲ ਹੈ। ਓਸਬੋਰਨ ਇਹ ਵੀ ਲਿਖਦਾ ਹੈ ਕਿ ਮਹਾਰਾਜਾ ਆਪ ਭਾਵੇਂ ਬਹੁਤ ਸੋਹਣਾ ਨਹੀਂ ਸੀ, ਪਰ ਜਿਹੜੇ ਉਹਦੇ ਦਰਬਾਰ ਦੇ ਵਿੱਚ ਹੋਰ ਸੀ ਨਾ ਜਰਨੈਲ, ਉਹ ਬਹੁਤ ਸੋਹਣੇ ਸੀ, ਅਤੇ ਮਹਾਰਾਜੇ ਨੂੰ ਇਸ ਗੱਲ ਦਾ ਬਹੁਤ ਫਕਰ ਸੀਗਾ। ਅਤੇ ਓਸਬੋਰਨ ਆਪਣੇ ਵੱਲੋਂ ਲਿਖਦਾ ਹੈ ਕਿ ਮੈਂ ਇਹ ਗੱਲ ਵਿਸ਼ਵਾਸ ਨਾ ਕਹਿ ਸਕਦਾ ਹਾਂ ਕਿ ਨਾ ਹੀ ਯੂਰਪ, ਨਾ ਹੀ ਪੂਰਬੀ ਦੇਸ਼ ਵਿੱਚ ਕੋਈ ਐਸਾ ਦਰਬਾਰ ਹੈ ਜਿੱਥੇ ਦੇ ਮਹਾਰਾਜੇ ਦੇ ਸਿੱਖ ਸਰਦਾਰਾਂ ਜੈਸੇ ਖੂਬਸੂਰਤ ਵਿਅਕਤੀ ਹੋਣ। ਸੋ ਇਹ ਭਾਈ ਉਹ ਇਤਿਹਾਸ ਹੈ ਜਿਸ 'ਤੇ ਤੁਹਾਨੂੰ ਅਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਪਰ ਜਦੋਂ ਸਾਡੀ ਜਵਾਨੀ ਇਸ ਵੇਲੇ ਦੀ ਆਪਣੇ ਪਿਛਲੇ ਮਾਣ ਨੂੰ ਭੁੱਲ ਚੁੱਕੀ ਹੈ, ਨਸ਼ਿਆਂ 'ਚ ਡੁੱਬ ਚੁੱਕੀ ਹੈ, ਸਰਕਾਰਾਂ ਜਿਹੜੀਆਂ ਹਨ ਇਹ ਬੇਈਮਾਨ ਹੋ ਚੁੱਕੀਆਂ ਹਨ, ਤਾਂ ਫਿਰ ਇਹ ਇਮਾਰਤਾਂ ਦਾ ਇਹ ਹਾਲ ਇੱਦਾਂ ਹੀ ਹੋਣਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਲਾਲਚਾਂ ਨੂੰ ਛੱਡ ਕੇ ਅਤੇ ਇੱਧਰ ਧਿਆਨ ਦੇਈਏ। ਅੱਜ ਛੱਤਾਂ ਤਕਰੀਬਨ ਡਿੱਗੀਆਂ ਹੋਈਆਂ ਹਨ, ਇੱਕ ਪਾਸੇ ਪਿੱਛੇ ਪੌੜੀਆਂ ਹਨ ਜਿੱਥੋਂ ਚੜ੍ਹ ਕੇ ਉੱਪਰ ਜਾਇਆ ਜਾ ਸਕਦਾ ਹੈ। ਕੰਧਾਂ ਭਾਵੇਂ ਅੱਜ ਵੀ ਬਹੁਤ ਮਜ਼ਬੂਤੀ ਦੇ ਨਾਲ ਖਲੋਤੀਆਂ ਹਨ, ਕਿਉਂਕਿ ਉਹਨਾਂ ਦੀ ਚਿਣਾਈ ਬਹੁਤ ਮਜ਼ਬੂਤ ਹੈ ਅਤੇ ਵੇਖਣ ਤੋਂ ਵੀ ਮਜ਼ਬੂਤ ਲੱਗਦੀਆਂ ਹਨ। ਜੇ ਚਾਹਿਆ ਜਾਏ ਤਾਂ ਇਸ ਨੂੰ ਬਹੁਤ ਵਧੀਆ ਸਵਾਰਿਆ ਜਾ ਸਕਦਾ ਹੈ, ਲੋਕਾਂ ਦੇ ਆਉਣ ਵਾਸਤੇ ਇੱਥੇ ਬਹੁਤ ਸੋਹਣਾ ਟੂਰਿਸਟ ਸਪੋਟ ਵੀ ਬਣ ਸਕਦਾ ਹੈ, ਜਿਹਦੇ ਨਾਲ ਆਪਾਂ ਆਪਣਾ ਮਾਣ ਮੱਤਾ ਇਤਿਹਾਸ ਵੀ ਸਾਂਭ ਸਕਦੇ ਹਾਂ। ਪਰ
प्रश्न उठता है कि बिल्ली दे गल टली कौन बने करे ते कौन करे। सरकारां लोकां वल देखदियां हन, लोक सरकारां वल देखदे हन, ते इह देखदियां देखदियां ही इह सारा कुछ ढह ढेरी होई जा रहा है। इह नगर कौंसल दा दफ्तर है जी, ते आ थले वेखो तुसीं पत्तियां दे नाल भरिया एक, पर इहनू सुरंग दस रहे आ कमरा, ते ओह दूजे वीर कह रहे सी सुरंग उधर नूं जांदी सी शायद बारांदारी नूं। अच्छा वीर दस दे एक जिवें स्लाइड जी बनी है आ उपर इथे ਇਹਦੇ ਵਿੱਚੋਂ ਪਾਣੀ ਨਿਕਲਦਾ ਹੈ। ਇਹ ਉੱਪਰ ਪਾਣੀ ਆਉਂਦਾ, ਇਹ ਚੋਂ ਨਿਕਲਦਾ, ਇਹ ਇਸ ਤਰੀਕੇ ਨਾਲ ਜਿਹੜੀ ਚੱਲਦਾ ਨਾ, ਇਹ ਜਿਹੜਾ ਜਿਹੜੀ ਮੱਛੀ ਚੱਲ ਰਹੀ ਹੁੰਦੀ ਹੈ। ਕਹਿੰਦੇ ਐਂ ਲੱਗਦਾ ਹੈ ਜਿਵੇਂ ਮੱਛੀ ਚੱਲ ਰਹੀ ਹੁੰਦੀ। ਆਹ ਮੇਰਾ ਵੀਰ ਹੈ ਰਮਨ ਕੁਮਾਰ, ਤੇ ਇਹ ਕਹਿੰਦਾ ਵਾ ਕਿ ਮੈਨੂੰ ਤੁਹਾਡੇ ਨਾਲ ਉਹ ਮੋਟਰਸਾਈਕਲ ਜ਼ਿਆਦਾ ਪਸੰਦ ਆ, ਤੇ ਬਾਕੀ ਵੀ ਸਾਰੇ ਦੱਸੋ ਵੀ ਭਾਈ ਮੋਟਰਸਾਈਕਲ ਜ਼ਿਆਦਾ ਪਸੰਦ ਆ ਕਿ ਅਸੀਂ ਜ਼ਿਆਦਾ ਪਸੰਦ ਆ। ਉਹ ਕਹਿੰਦੇ ਆ ਕਿ ਮੈਂ ਜ਼ਿਆਦਾ ਪਸੰਦ ਆ, ਤੁਸੀਂ ਦੱਸੋ ਜੀ। ਆਪਾਂ ਪਸੰਦ ਆ, ਠੀਕ ਆ ਜੀ। ਰਮਨ ਕੁਮਾਰ ਜੀ ਇਕੱਲੇ ਰਹਿ ਗਏ ਦੀਨਾ ਨਗਰ ਚ, ਬਾਕੀ ਸਾਰੀਆਂ ਵੋਟਾਂ ਆਪਾਂ ਨੂੰ ਪੈ ਗਈਆਂ। ਤੁਸੀਂ ਰੱਖ ਲਓ ਮਹਾਰਾਜ, ਰਮਨ ਕੁਮਾਰ ਜੀ ਤੁਸੀਂ ਮੋਟਰਸਾਈਕਲ ਰੱਖ ਲਓ ਯਾਰ, ਹੈ ਕੀ ਪਤਾ ਫੇਰੀਆਂ ਨੂੰ ਜ਼ਿਆਦਾ ਯਾਦ ਕਰਿਆ ਕਰੋਗੇ ਵੀ ਨਹੀਂ ਯਾਰ ਉਹਨੇ ਮੋਟਰਸਾਈਕਲ ਦੇ ਦਿੱਤਾ ਹੈ। ਭਾਜੀ ਭਾਈ ਪਹਿਲਾਂ ਗੱਲ ਕੀਤੀ ਹੈ ਨਾ ਮੋਟਰਸਾਈਕਲ ਵਾਲੀ, ਹਾਂ ਚਲੋ ਉਹ ਤੇ ਮੈਂ ਮੇਰੇ ਆਪਣੀ ਮਨ ਦੀ ਖੁਆਇਸ਼ ਸੀ, ਮੈਨੂੰ ਮੋਟਰਸਾਈਕਲ ਦੀ ਚਾਹਤ ਹੀ ਇਸ ਦੀ, ਠੀਕ ਹੈ ਜੀ। ਲੇਕਿਨ ਅਸਲੀਅਤ ਇਹ ਆ ਕਿ ਜੋ ਤੁਹਾਡੀ ਲੋਕਾਂ ਨਾਲ ਬਾਬਾ ਜੀ, ਹਾਂ ਨਿਸ਼ਾਨ ਸ਼ਾਹ ਜੀ ਦੀ, ਹਾਂ ਕੀ ਬਾਤ ਹੈ ਜਨਾਬ, ਇਹ ਪੁਰਾਣੀ ਫਿਲਮਾਂ ਹੁੰਦੀਆਂ ਨੇ ਜਿਹੜੇ ਰਾਜੇ ਮਹਾਰਾਜ ਦੀਆਂ, ਹਾਂਜੀ ਉਹਦੇ ਜਿਹੜੀਆਂ ਡਰੈਸਾਂ ਪਾਈ ਜਾਂਦੀ ਨਾ, ਹਾਂਜੀ ਜੋ ਪਰਸਨੈਲਿਟੀ ਹੁੰਦੀ ਉਹ ਹੀਰੋਆਂ ਦੀ, ਕੀ ਬਾਤ ਹੈ ਜਨਾਬ, ਤੁਸੀਂ ਸੇਮ ਉਹੀ ਲੱਗ ਰਹੇ। ਬਹੁਤ ਖੁਸ਼ੀ ਹੋਈ ਮਿਲ ਕੇ। ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਇੰਨੇ ਕੁ ਇਤਿਹਾਸ ਦੀ ਹੀ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ, ਹੋਈਆਂ ਭੁੱਲਾਂ ਦੀ ਮੁਆਫ। ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਸ਼ੇਅਰ ਜ਼ਰੂਰ ਕਰੋ, ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।